ਦਾ ਤਜ਼ਕਰਾ ਕਿ ਜਿਹੜੇ ਲੋਕ ਜਿਸ ਤਰ੍ਹਾਂ ਕਿ ਕੁਰਾਨ ਕਰੀਮ ਵਿੱਚ ਅਰਸ਼ਾਦ ਰਬਾਨੀ ਹੋਇਆ ਨਾ ਕਿ ਵਲਾ ਤਕੂਲੂ ਲਿਮਾ ਯੁਕਤਲੂ ਫੀ ਸਬੀਲਿਲਾਹ ਅਮ ਜਿਨ੍ਹਾਂ ਲੋਕਾਂ ਅੱਲਾਹ ਦੀ ਰਾਹ ਵਿੱਚ ਆਪਣੀ ਜਾਨ ਦੇ ਦਿੱਤੀ ਜਾਨ ਦਾ ਨਜ਼ਰਾਨਾ ਪੇਸ਼ ਕਰ ਦਿੱਤਾ ਬਲ ਅਹਯਾ ਉਹ ਜ਼ਿੰਦਾ ਹੈ ਉਹ ਹਯਾਤ ਹੈ ਵਲਾ ਕਿਲਾ ਤਸ਼ੁਰੂਨ ਲੇਕਿਨ ਤੁਸਾਂ ਕੀ ਇਸ ਚੀਜ਼ ਦਾ ਸ਼ੁਕਰ ਹਾਸਲ ਜਿਹੜਾ ਜ਼ਿੰਦਾ ਹੋਣਾ ਉਹ ਖਾਣਾ ਪੀਣਾ ਵੀ ਆ ਉਹ ਗੁਫ਼ਤਗੂ ਵੀ ਕਰਨਾ ਲੇਕਿਨ ਇਸ ਨੇ ਵਾਸਤਾ ਹੈ ਇੱਕ ਸ਼ੇਰ ਅਨਵਰ ਫਰਾਹ ਕੁਰੈਸ਼ੀ ਸਾਹਿਬ ਸਰਕਾਰ ਨਾਲ ਦੇਖਿਆ ਤੁਸਾਂ ਦੋਸਤਾਂ ਦੀ ਨਜ਼ਰ ਜਿਸ ਤਰ੍ਹਾਂ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਫਰਮਾਇਆ ਨਾ ਕਿ ਦੁਨੀਆ ਮੋਮਨ ਵਾਸਤਾ ਕੈਦਖਾਨਾ ਹੈ ਔਰ ਕਾਫਰ ਨੇ ਵਾਸਤਾ ਜੰਨਤ ਹੈ ਤਾਂ ਜਿਹਨਾਂ ਲੋਕਾਂ ਦੁਨੀਆ ਕੀ ਜੰਨਤ ਬਣਾ ਲਿਆ ਉਹਨਾਂ ਉਹ ਮਕਾਮ ਨਹੀਂ ਹਾਸਲ ਕੀਤਾ ਜਿਹੜਾ ਮਕਾਮ ਖਾਨ ਸਾਹਿਬ ਪੇਸ਼ ਕਰਨੇ ਗਏ ਤਾਂ ਜਿਹਨਾਂ ਲੋਕਾਂ ਆਪਣੀ ਜਾਨ ਨੇ ਨਜ਼ਰਾਨੇ ਪੇਸ਼ ਕਰ ਦਿੱਤੇ ਉਹ ਉਸ ਮਕਾਮ ਤੱਕ ਪਹੁੰਚ ਗਏ ਤਾਂ ਸਰਕਾਰ ਫਰਮਾਣੇ ਕਹਿ ਕਰ
ਸ਼ਾਹ ਅਨਵਰ ਬਰਾਕੁਰਾਸ਼ੀ ਸਾਹਿਬ ਸਰਕਾਰ ਦੀ ਬੜੀ ਪਿਆਰੀ ਗੱਲ ਤੁਸਾਂ ਨੇ ਨਜ਼ਰ ਹੋਰ ਬਈ ਕਿਹੜੀ ਉਹ ਵੀ ਬੁਨਿਆਦੀ ਹਣਾ ਸਜਣਾ ਅੰਗਲਾ ਅਮਲ ਖਰੂਸ ਦੀਆਂ ਕਰੇ ਹਾਰਦਾ ਬੜੀ ਖੰਗਕਾਰੀ ਦੇ ਨਾਲ ਕਰੇ ਰਖੂ ਨਾਲੇ ਕਿਆਮ ਲੰਬੇ ਉਹਦੇ ਵਿੱਚ ਸਜਦੇ ਬੜੀ ਆਹੋਦਾਰੀ ਦੇ ਨਾਲ ਆਖਿਆ ਇੱਕ ਹੀ ਅਸਾਂ ਨੇ ਅੰਦਰ ਗਲਤੀ ਨਹੀਂ ਬਲਕਿ ਹੋਰ ਕਿਹੜੀ ਹੈ ਅੱਲਾ ਅੱਲਾ ਜ਼ੁਬਾਨੀ ਤੇ ਹੱਥ ਕਸਦੇ ਬਣੇ ਜੁਮੇ ਤੂੰ ਬੜੀ ਤਿਆਰੀ ਦੇ ਨਾਲ ਅੱਲਾ ਅੱਲਾ ਜ਼ੁਬਾਨੀ ਤੇ ਹੱਥ ਤਸਬੀਹ ਬਣੇ ਜੁਮੇ ਤੂੰ ਬੜੀ ਤਿਆਰੀ ਦੇ ਨਾਲ ਲੇਕਿਨ ਜਿਹੜੀ ਜ਼ਰੂਰੀ ਗੱਲ ਹੈ ਉਹ ਕਿਹੜੀ ਹੈ ਤੇਰੇ ਵਾਸਤੇ ਤੇਰੀ ਜ਼ਿੰਦਗੀ ਵਾਸਤੇ ਤੇਰੀ ਬਖਸ਼ਿਸ਼ ਵਾਸਤੇ ਤੇਰੀ ਮਗਫਰਤ ਵਾਸਤੇ ਤੇਰੇ ਉਸ ਮਕਾਮ ਵਾਸਤੇ ਜਿਹੜਾ ਮਕਾਮ ਤੁਸੀਂ ਪਾਉਣਾ ਚਾਹੀਦਾ ਸਰਕਾਰ ਫਰਮਾਣੇ ਆਣੇ ਸ਼ੇਰ ਮੇਰੇ ਕੋਲ ਲਿਖੇ ਆਏ ਕੋਸ਼ਿਸ਼ ਕਰ ਸਕ ਮੈਂ ਉਸ ਅੰਦਾਜ਼ ਨਾਲ ਪੇਸ਼ ਕਰ ਲਵਾਂ ਆਖਿਆ ਇਨਸਾਨ ਆਪਣੀ ਜ਼ਿੰਦਗੀ ਦੇ ਅੰਦਰ ਖੂਬਸੂਰਤੀ ਪੈਦਾ ਕਰਨ ਵਾਸਤੇ ਜਿਹੜੀਆਂ ਬੁਨਿਆਦੀ ਚੀਜ਼ਾਂ ਨੇ ਕਿ ਅਮਰ ਹਾਰ ਤੇਰੀ ਆਜ਼ਾਦ ਜਿਹੜੀ ਹੈ ਅਸਲ ਆਜ਼ਾਦ ਉਹ ਜਿਹੜੀ ਮੈਂ ਪਹਿਲੂ ਦੱਸੀ ਬਲ ਅਹਜਾਉਂ ਉਹ ਹਯਾਤ ਹੈ ਉਸਨੇ ਅੰਦਰ ਖੂਬਸੂਰਤੀ ਪੈਦਾ ਹੋ ਗਿਆ ਸੀ ਉਸ ਜ਼ਿੰਦਗੀ ਨੇ ਅੰਦਰ ਖੂਬਸੂਰਤੀ ਪੈਦਾ ਹੋ ਗਿਆ ਸੀ ਤਾਂ ਸਰਕਾਰ ਫਰਮਾਣੇ ਤਾਂ ਹੈ ਨਾ ਕੋਈ ਜੋਇਰ ਤੇਰਾ ਨਾ ਕੋਈ ਫਖਰ ਦਾ ਸੜੇ ਸੁਰੱਖੀ ਤੂੰ ਕੁਝ ਮਹਿਮਾਨ ਆਏ ਚੌਧਰੀ ਰਿਆਜ਼ ਸਾਹਿਬ ਬਡਾਰ ਤੋਂ ਔਰ ਜਾਵੇਦ ਸਾਹਿਬ ਨਾਜ਼ਮ ਸਾਹਿਬ ਉਹਨਾਂ ਦੋਸਤਾਂ ਦੀ ਨਜ਼ਰ ਏਸ਼ੇ ਬਿਲਕਸੂਰ ਨਾ ਕੋਈ ਜੋਇਰ ਤੇਰਾ ਨਾ ਕੋਈ ਫਖਰ ਤੈਨੂੰ ਸਜਦਾ ਰੇਤ ਵਸਾਤ ਨਸ਼ੀ Thank you.
સાહેબ સરકારના શેર ચડાવી મદદ કરા. ઉર્દુ ને શાયર હોય, ઉર્દુ ને શાયર હોય સાગર સદીક સાહેબ સરકાર. સરકાર ને ફરમાયા કે ચરાગે તૂર જલાઓ ફળા લે રાય. જરા નકાબ ઉઠાવા મેં મહેસૂસ ન કરના. આશકેદાર મહેબૂબ કી આહણા મહેબૂબા મેં મહેસૂસ ન કરના. કે આહણા આશકેદાર આપણે મહેબૂબ કી ગઝબ નાલ ફોડ નામ ચિડક દે દે. ગઝબ નાલ ફોડ નામ ચિડક દે દે. બેશક જન્નત દી અસર ના યાર ગલ્લા
ਇਹ ਕੋਈ ਦੋ ਚਾਰ ਗੱਲਾਂ ਅਸਾਂ ਸਿਰਫ ਆਪਣੀ ਮਰਜ਼ੀ ਦੀਆਂ ਸੁਣਾ ਸਕਦੇ। ਉਸ ਬਾਅਦ ਇਹ ਸੰਗੀਆਂ ਦੋਸਤਾਂ ਦੀਆਂ ਬਹੁਤ ਸਾਰੀਆਂ ਚਾਹਤਾਂ ਦਾ ਕੋਈ ਖਾਹਿਸ਼ਾਂ ਪਈਆਂ ਜਾਂ ਜਿਸ ਤਰ੍ਹਾਂ ਸਾਈਂ ਸਾਹਿਬ ਸਰਕਾਰ ਨੇ ਫਰਮਾਇਆ ਸੀ ਕਿ ਤੇਰੇ ਇਸ਼ਕ ਦਾ ਫਿਰ ਵੀ ਮਖਰੂਜ ਸਾਈਆਂ ਇਹ ਸਰ ਜ਼ੇਰੇ ਸ਼ਮਸ਼ੀਰ ਉਧਾਰ ਲੈ ਲੈ। ਪਰ ਦੋਸਤੋ ਆਵਾਮ ਨਹੀਂ ਹੋ ਰਹੀ ਬਹੁਤ ਸਾਰੀ ਚਾਹਤ ਹੈ। ਪਰ ਦੋਸਤੋ ਹੁਣ ਅਸਾਂ ਲਾਲੇ ਆਸ਼ੋ ਕਰਾਂ ਗਿਆ ਕਰ ਸਕਦੇ ਹੁਣ ਆਵਾਮ ਨਹੀਂ ਤਮੰਨਾ ਇਹ ਕਿ ਤੁਸਾਂ ਭਿੱਪ ਜਾਓ। ਉਹ ਪੁਰਾਣਿਆਂ ਵਕਤਾਂ 'ਚ ਦੱਸਣੇ ਜਣਾ ਕੋਈ ਦੋ ਮੁਰਟਾ ਸਾ ਇਹ ਜਿਸ ਵੇਲੇ ਵੱਡੀ ਬਨਾਰਸ ਹੋਏ ਪਲਿਆ ਜਾਣਾ ਸਾ ਤੇ ਉਸਨੇ ਕਿਸੇ ਦੱਸਿਆ ਕਿ ਤੂੰ ਇਸ ਤਰ੍ਹਾਂ ਕਰ ਕਹਿੰਦਾ ਖੂਨ ਦੇ ਤੇ ਅੱਲਾ ਦੀ ਜ਼ਾਤ ਬਹੁਤ ਰਾਜ਼ੀ ਹੋ ਗਈ। ਉਸਨੇ ਦਿਲੇ ਜੀ ਗੱਲ ਚੰਗੀ ਲਈ ਉਸਨੇ ਕਿਹਾ ਚਲੋ ਕਿਸੇ ਮੁਸਲਮਾਨ ਭਰਾ ਨੇ ਮਾੜਾ ਇਹ ਖੂਨ ਕੰਮ ਆ ਜਾ ਸੀ ਜਣਾ ਕਿਹਾ ਚਲਾ ਬਲੱਡ ਬੈਂਕਾਂ ਵੀ ਤਾਂ ਕਿਸੇ ਲੰਮਾ ਪੈ ਰਿਹਾ ਦਾਖਲਾ ਡਾਕਟਰ ਸਾਹਿਬ ਮਾੜਾ ਖੂਨ ਕੱਟੀ ਗਿਆ ਡਾਕਟਰ ਆਖਿਆ ਤੂੰ ਖੂਨ ਨਾ ਦੈ ਚੰਗੀ ਗੱਲ ਉਸਨੇ ਕਿਹਾ ਨਹੀਂ ਨਹੀਂ ਮੈਂ ਖੂਨ ਦੇ ਸਾਂ ਉਸਨੇ ਆਲਾ ਚਲੋ ਅੱਧੀ ਬੋਤਲ ਕੱਢੀ ਨੇ ਜਾਣਾ ਬੇਹੋਸ਼ ਹੋਈ ਗਿਆ ਅੱਧੀ ਬੋਤਲ ਸਿਰਫ ਕੱਢੀ ਨੇ ਜਾਣਾ ਬੇਹੋਸ਼ ਹੋਈ ਗਿਆ ਬੜੇ ਡਾਕਟਰ ਕੀ ਬੁਲਾਇਆ ਨੇ ਆਣੇ ਬੰਦਾ ਬੇਹੋਸ਼ ਹੋਈ ਗਿਆ ਉਸਨੇ ਕਿਹਾ ਦੋ ਬੋਤਲਾਂ ਲਾਈ ਤਾਂ ਹੋਸ਼ ਹੈ ਜਾਣੋ ਦੋ ਬੋਤਲਾਂ ਲਾਈ ਤਾਂ ਜਿਸ ਉਸਕੀ ਹੋਸ਼ ਹੈ ਜਾਂਦਾ ਕਿਹਾ ਤਾਂ ਜਾਣਾ ਉੱਠੀ ਤੇ ਬੈਠਾ ਤੇ ਆਖਣਾ ਇਹ ਡਾਕਟਰ ਜੀ ਮਾੜਾ ਖੂਨ ਕੱਢੀ ਕੀਤਾ ਆ ਹੁਣ ਆਖਿਆ ਜੀ ਕੱਢੀ ਕਿਤਾ ਹੈ ਕਹਿੰਦਾ ਹੋਰ ਚਾਹੀਦਾ ਤੇ ਬੋਤਲ ਇੱਕ ਹੋਰ ਹਾਜ਼ਰ ਉਸ ਆਖਿਆ ਅੱਧਾ ਕੱਢਿਆ ਤੇ ਬੇਹੋਸ਼ ਹੋਈ ਗਿਆ ਤਾਂ ਪੂਰੀ ਕੱਢਾ ਚਾਰ ਲਈ ਦੋਸ਼ ਜਾਣਾ ਕਮਰਾ ਹੱਸਦਾ ਗੱਲਾਂ ਆਸ਼ਕਾ ਨਹੀਂ ਕੁਰਬਾਨੀ ਕਰਨੀ ਹੋਰ ਕੁਰਬਾਨੀ ਦੇਣੀ ਤੇਰੀ ਵੀ ਲਾਣੇ ਆਸ਼ਕ ਤੇ ਪੇ ਬਜਾ ਸਨ ਕੁਰਬਾਨੀ ਦੇ ਸਨ ਇਨਸ਼ਾਅੱਲਾ ਤੇ ਸਰਕਾਰ ਫਰਮਾਣੇ ਦਾ ਆਣੇ ਨਾ ਨਾ ਮੇਰੇ ਯਾਰ ਐਡਾ ਜ਼ੁਲਮ ਨਾ ਕਰਨਾ ਇਹ ਨਾ ਹੋਵੇ ਕਿ ਮੈਂ ਮਜਬੂਰ ਹੋ ਜਾ ਇਹ ਲਫ਼ਜ਼ ਆਉਣਾ ਪਰ ਕਿਹੜਾ ਸਮਝਾ ਜਾਣਾ ਯਾ ਜੱਲਾ ਜਾਣਾ ਉਹ ਰੱਬ
ਜਿੱਥੇ ਤੈ ਹਾਫਜ਼ ਮਜ਼ਰ ਰੱਖੀ ਉਹ ਇੱਕ ਸ਼ੇਰ ਬਣਨੇ ਹੋਣੇ ਆ ਮੰਗਿਆ ਯਾਰ ਨੇ ਖੂਨ ਦਾ ਇੱਕ ਕਤਰਾ ਅਸਾਂ ਨਦੀਆਂ ਰਵਾਨ ਕਰ ਛੋੜੀਆਂ ਨੇ ਗੱਲ ਖੂਨ ਨਹੀਂ ਹੈ ਉਹ ਕਿਸ ਤਰ੍ਹਾਂ ਆਖਿਆ ਮੇਰੇ ਯਾਰ ਨਾ ਨਾ ਇਤਨੇ ਜਿਹੜੇ ਗਿੱਲੇ ਸ਼ਿਕਵੇ ਨਹੀਂ ਚੰਗੇ ਹੋਣੇ ਉਹ ਇਸ ਵਾਸਤੇ ਹੈ ਕਿ ਫਿਰ ਬਾਅਦ ਵਿੱਚ ਬੜੇ ਸਵਾਲੋ ਜਵਾਬ ਹੋਣੇ ਬੜਾ ਕੁਝ ਪੁੱਛਿਆ ਜਾਣਾ ਤੇ ਬੜਾ ਕੁਝ ਦੱਸਿਆ ਵੀ ਜਾਣਾ ਉਹ ਕਿਸ ਤਰ੍ਹਾਂ ਜਾਣਨੇ
زبیر صاحب زبیر پٹی صاحب الجھنا بڑی ہونی لیکن آخیا میرے دوست میرے یار اگر یہ گل ہی ہے تو سنے دل بھی ان شاء اللہ اصل بھی اس نے قدر کرنے بھائی کس طرح
ਦਵਾ ਤਾਂ ਮੈਂ ਦਵਾ ਸਮਝਦਾ। ਜਿਹੜੇ ਲੋਕ ਜ਼ਹਿਰ ਕੀ ਦਵਾ ਸਮਝਣੇ ਨਾ, ਉਹ ਇਸ ਕਿਸਮ ਦੀ ਫਾਲਤੂ ਗੱਲਾਂ ਨਹੀਂ ਪਾਣੇ ਹੋਣੇ। ਇੱਕ ਦੂਸਰੀ ਗੱਲ ਹੀ ਨਾ ਮਾੜੀ ਪੂਰੀ ਨਹੀਂ ਸੀ ਸੁਣੀ, ਪੂਰੀ ਗੁਫ਼ਤਗੂ ਸੁਣੀ, ਕੋਈ ਗੱਲ ਕਰਨਾ ਨਾ ਬਾਅਦ ਵਿੱਚ ਬੰਦੇ ਕੋਲ ਜਵਾਬ ਆਉਣਾ। ਮੈਂ ਅਰਜ਼ ਕੀਤੀ ਸੀ ਕਿ ਦੁਨੀਆਦਾਰੀ ਖਾਨ ਸਾਹਿਬ, ਦੁਨੀਆਦਾਰੀ ਨਾ ਮਕਸਦ ਤਮਾਮ ਛੱਡ ਗਏ, ਨਾਲ ਤੇਰੇ ਮੈਂ ਮਹਿਫਿਲ ਸਜਾਈ ਰੱਖਾਂ। ਉਸਨੇ ਚ ਦੁਨੀਆਦਾਰੀ ਕੋ ਨਹੀਂ ਸੀ ਜਿਹੜੀ ਤੂੰ ਸਭ ਬਿਆਨ ਕੀਤੀ, ਦੁਨੀਆਦਾਰੀ ਤੂੰ ਹਟ ਕੇ ਜਿਹੜੀਆਂ ਗੱਲਾਂ ਸੀ, ਜਿਸ ਤਰ੍ਹਾਂ ਕਿ ਮੂਸਾ ਅਲੈਹਿ ਸਲਾਮ ਸਰਕਾਰ ਨੇ ਦੌਰ ਵਿੱਚ ਇੱਕ ਸ਼ਖਸ ਐਸਾ ਸਾਹਮਣੇ ਆਇਆ ਜਿਸ ਆਖਿਆ ਕਿ ਇਹ ਮਾਲਕੇ ਕਾਇਨਾਤ ਕਦੇ ਮੇਰੇ ਸਾਹਮਣੇ ਆ ਜਾਏ, ਕਦੇ ਮੇਰੇ ਰੂਬਰੂ ਆ ਜਾਏ, ਕਦੇ ਮੇਰੇ ਨਾਲ ਮੁਲਾਕਾਤ ਤੇਰੀ ਹੋ ਜਾਏ, ਤੇ ਮੈਂ ਤੇਰੇ ਬਾਲਾਂ ਚ ਕੰਗੀ ਕਰਾਂ। ਇਹ ਤਸਵਰ ਹੈ ਯਾਰ ਹੈ, ਦੁਨੀਆਦਾਰੀ ਦਾ ਮਕਸਦ ਤਮਾਮ ਛੱਡ ਕੇ ਨਾਲ ਤੇਰੇ ਮੈਂ ਮਹਿਫਿਲ ਸਜਾਈ ਰੱਖਾਂ। ਉਸਨੇ ਵਿੱਚ ਦੁਨੀਆ ਨਹੀਂ ਅਛਣੀ ਤੇ ਮੂਸਾ ਅਲੈਹਿ ਸਲਾਮ ਨੂੰ ਉਸ ਸ਼ਖਸ ਨਾਲ ਗੁੱਸਾ ਕਰਨੇ ਤੇ ਫੌਰਨ ਫੌਰਨ ਵਈ ਨਾਜ਼ਲ ਹੋ ਜਾਣੀ ਕਿ ਆ ਮੂਸਾ ਨਾ ਨਾ, ਇਹ ਸ਼ਖਸ ਮੇਰੇ ਬਾਰੇ ਵਿੱਚ ਜਿਤਨੀ ਜਾਂ ਇਸਨੇ ਦਿਲ ਵਿੱਚ ਜਿਤਨੀ ਮੇਰੇ ਵਾਸਤੇ ਮੁਹੱਬਤ ਹੈ ਉਤਨੀ ਉਹ ਬਿਆਨ ਕਰ ਰਿਹਾ। ਇਹ ਸਮਝ ਅਕਲ ਫਿਕਰ ਜਿਹੜੀ ਹੈ, ਇਹ ਸ਼ਹੂਰ ਜਿਹੜਾ, ਇਹ ਆਪਣਾ ਆਪਣਾ, ਇਹ ਉਸਨੀ ਅਤਾ ਦੇ ਮੁਤਾਬਕ ਆ, ਉਸਨੇ ਕਰਮ ਦੇ ਮੁਤਾਬਕ ਆ। ਜਿਤਨੀ ਜਿਤਨੀ ਜਿਸ ਚੀਜ਼ ਕੀ ਅਤਾ ਕੀਤੀ ਉਤਨੀ ਉਤਨੀ ਉਹ ਮੁਹੱਬਤ ਰੱਖਣਾ ਜੀ। ਇਸ ਤੋਂ ਬਾਅਦ ਇੱਕ ਗੱਲ ਸਰਕਾਰ ਫਰਮਾਣੇ ਤਾਹਣੇ
रुतबा शहादत का यार मैं अपनी गली विच गत्ते मना दे ले रवे दी ईद दी हसरत ना शर्ती कर अपने आशिक नू ऐसा दीदार दे ले Yeah.
तुसां दोस्तां दी नजर करने आ, उस तो बाद मैं क्लोज कर सा फरमाइश करने पे साढ़े मोहसिन जनाब चौधरी रियाज साहब आप बडार नाजम साहब साढ़े एक भाई जेडे कि इस महफिल च मौजूद नहीं जनाब अहमद रजा साहब आप सुरखी और चौधरी जावेद साहब उन्होंने नाल जितने भी साथी आए उन्होंने चाहत के मुताबिक साढ़े गुजरात को जेडे मेरे मोहसिन तशरीफ ले आए जनाब सफदर शाह साहब मुलाकात को तशरीफ ले आए जनाब साईं अरशद साहब और बिलखसूस जनाब मेरे मोहसिन मेरे भाई मास्टर खुरम जहीर अफजल खुरम साहब राजा उल्फत साबर साहब इन्होंने दोस्तों की चाहत के मुताबिक और हम मकबूर अनवर भरा कुराशी साहब सरकार ने लिखा शेर सरकार फरमाने ताहने इसा जिमन सरकार बड़े प्यारे नाल ना फरमाने ताहने जिस तरह के कुर्बान जावा मियां मोहम्मद बख्श रहमतुल्लाह अलैह अरफ कड़ी शरीफ सरकार फरमाया सी कि बाप मरे ते कमर तरुटदी भैन मरे दिल जाई चावा पासे अंधेरा होंदा जे मर जावण पाई ते इंसान नहीं रहना मेरे दोस्तों जिस तरह के तुसा ने पूरे डुडयाल नी ताकत पूरे डुडयाल ना थाम अज चौधरी अंसर इस दुनिया में मौजूद ने सारे ना मोहसिन सी हर इंसान नाल इखलास और मोहब्बत नाल पेश आने वाला शख्स सी अज वो मौजूद नहीं लेकिन उसने याद साढ़े नाल जरूर वापस आ तो सरकार फरमाने दाने मेरे दहन विच याद पुर सोहदरा सा ओ मेरिया मुश्ताक पट्टी साहब शेर मंडी मोहम्मद जमील पट्टी साहब
محمد ادریس پٹی صاحب محمد یوکے نال تعلق محمد سعید پٹی صاحب شیر منڈی نال تعلق محمد حبیب پٹی محمد حلیم پٹی صاحب محمد شکیل پٹی صاحب محمد بشیر پٹی صاحب پھر محمد حبیب پٹی صاحب محمد بشیر پٹی صاحب محمد سعید پٹی صاحب اسے شیر کی فرمائش کرنے میرے دوستو قربان پٹی صاحب مہربان پٹی صاحب یعقوب پٹی صاحب ایوب پٹی صاحب زبیر پٹی صاحب زبیر پٹی صاحب زبیر چودھری نہیں زبیر پٹی صاحب انہوں سارے دوستوں کی فرمائش کی شیر میرے دوستوں خدمت صاحب سرکار سرکار ہے پریشان ہوئے رستہ بند ہوا تو وہ ڈرائیور جان جناب گڈی تھوڑی سائز کر دیں ایک اور بھی اعلان ہے کہ اج نہیں اس محفل نے جڑی آڈیو اور ویڈیو کیسٹ آئی ہیں ایک کلر سیدان تو دشا کی گجرخان روڈ تو انصر میوزک سینٹر پر سی ڈیاں بھی آڈیو کیسٹ آ گئی ہیں فرمائش کرنا پہ میرے انتہا Oh,
محفل تشریف رکھنے جناب تسنے اس علاقے ترنی نال تعلق ہے نے بزرگ 92 سال عمر ہے یہ انہوں نے محبت ہے ذوق ہے ساڈی محفل تشریف لے آئے انہوں نے خواہش کے مطابق میرے بھائی جناب چودھری اسلم صاحب آپ کے سوالا انہوں نے چاہتے ہیں مطابق اور چند ایک سارے اور دوست انہوں نے چاہش کے مطابق سلطان العارفین بہو سرکار میں ایک دوڑا چند ایک مشرق میں صاحب سرکار
ਮਲੂਕ ਨੇ ਦੋ ਬੰਦ ਪੇਸ਼ ਕੀਤੇ ਅਗਰ ਦੋਸਤੋ ਇੱਕ ਮਾਰਕਾ ਹੀ ਕਰਬਲਾ ਤੇ ਇੱਕ ਬੈਨ ਜਨਾਬ ਦੀ ਨਜ਼ਰ ਕਰਦਾ ਸਰ ਜਾਪ ਜਾਪ ਜਿਹੜੀ ਇੱਕ ਭੈਣ ਨੇ ਆਪਣੇ ਵੀਰ ਨੇ ਅੱਗੇ ਫਰਿਆਦ ਹੋਣੀ ਚਾਹੀਦੀ